ਗੱਡੀ ਦੇ ਵਿੱਚ ਪੈਟਰੋਲ ਰੱਖਣਾ ਅਲਾਉਡ ਆ ਕਿ ਨਹੀਂ ਅਲਾਉਡ ਸਰ? ਨਹੀਂ ਅਲਾਉਡ ਆ। ਉਹ ਕਾਰਨ ਕਿਉਂ ਨਹੀਂ ਰੱਖ ਸਕਦਾ ਇਨਸਾਨ? ਕਾਰਨ ਦਾ ਤਾਂ ਸਾਰਾ ਕਿੱਦਾਂ, ਗੱਡੀ ਆ ਸ਼ਹਿਰ ਆ। ਹਾਂਜੀ ਹਾਂਜੀ, ਜੇ ਤਾਂ ਕਿਸੇ ਆਪਾਂ ਪਹਾੜੀ ਏਰੀਏ 'ਚ ਹੋਈਏ ਜਿੱਥੇ ਆਪਾਂ ਨਹੀਂ ਉਪਲਬਧ ਪੈਟਰੋਲ ਪੰਪ, ਚਲੋ ਉੱਥੇ ਤਾਂ ਆਪਾਂ ਮੰਨ ਸਕਦੇ ਹਾਂ ਕਿਤੇ ਦੂਰ ਜਾਣਾ ਪਵੇ, ਸ਼ਹਿਰ ਦੇ ਵਿੱਚ ਪੈਰ ਪੈਰ ਕੇ ਪੈਟਰੋਲ। ਅੱਛਾ ਸਰ, ਹੁਣ ਅਸੀਂ ਵੱਡੀ ਗੱਲ ਕਰਾਂ, ਬਲਜੀਤ ਹੁਣ ਲਗਾਤਾਰ ਤਸਵੀਰਾਂ ਦਿਖਾਈਆਂ ਸੀ, ਖਾਸ ਗੱਲ ਕਰਾਂਗੇ ਸਰ। ਅੱਜ ਕੱਲ੍ਹ ਮੋਟਰਸਾਈਕਲਾਂ ਦੇ ਸਕੂਟਰਾਂ ਦੇ ਉੱਤੇ ਇੱਕ ਲਾਈਟਾਂ ਲੱਗੀਆਂ ਹੁੰਦੀਆਂ ਰੰਗ ਬਿਰੰਗੀਆਂ, ਨੀਲੀਆਂ ਲਾਈਟਾਂ, ਚਮਕੀਲੀਆਂ ਲਾਈਟਾਂ, ਹਰ ਤਰ੍ਹਾਂ ਦੀਆਂ ਲਾਈਟਾਂ ਲੱਗੀਆਂ, ਕੀ ਉਹ ਲਾਈਟਾਂ ਲਗਾਉਣਾ ਗੈਰ ਕਾਨੂੰਨੀ ਢੰਗ ਦੇ ਨਾਲ ਹੈ ਕਿ ਕਾਨੂੰਨੀ ਢੰਗ ਦੇ ਨਾਲ ਹੈ? ਨਹੀਂ ਸਰ, ਐਕਸਟਰਾ ਲਾਈਟ ਜੋ ਏਜੰਸੀ ਚਾਰਜ ਉਹ ਲਾਈਟਾਂ ਦੀ ਉਹੀ ਲਾਉਂਦਾ ਹੈ। ਜਿਹੜੀਆਂ ਐਕਸਟਰਾ ਮੋਟਰਸਾਈਕਲ ਵਾਲੇ ਲਾਈਟਾਂ ਲਗਾਈਆਂ ਹੁੰਦੀਆਂ, ਬਲਿੰਕ ਕਰਦੀਆਂ ਦੂਰੋਂ, ਆਹ ਅਗਲੇ ਆਦਮੀ ਨੂੰ ਪਰੇਸ਼ਾਨੀ ਦਿੰਦੀਆਂ, ਉਹ ਮੋਟਰਸਾਈਕਲ ਵਾਲੇ ਲਾਈਟਾਂ ਲਗਾ ਸਕਦੇ ਕਿ ਨਹੀਂ? ਨਹੀਂ ਸਰ, ਐਕਸਟਰਾ ਲਾਈਟ ਨਹੀਂ ਲਾਉਂਦਾ। ਅਤੇ ਫਿਰ ਜਿਹੜੇ ਲਾਈਟਾਂ ਉਹ ਲਾਈਟਾਂ ਵੇਚਦੇ ਨੇ, ਅਤੇ ਉਹਨਾਂ ਨੂੰ ਲਾਈਟਾਂ ਵੇਚਣਾ ਸਰਕਾਰ ਵੱਲੋਂ ਕੋਈ ਲਾਇਸੈਂਸ ਮਿਲਿਆ ਕਿ ਉਹ ਆਪਣੀ ਮਰਜ਼ੀ ਨਾਲ ਵੇਚ ਰਹੇ ਨੇ? ਨਹੀਂ ਸਰ, ਆਪਣੀ ਮਰਜ਼ੀ ਦੇ ਲਾਉਂਦੇ ਨੇ। ਮਤਲਬ ਕਿ ਉਹ ਜੇ ਦੁਕਾਨਦਾਰ ਹੈ ਲਾਲ ਹਰੀਆ ਪੀਲੀਆਂ ਨੀਲੀਆਂ ਜਿਹੜੀਆਂ ਲਾਈਟਾਂ ਵੇਚਦੇ ਨੇ, ਉਹ ਗੈਰ ਕਾਨੂੰਨੀ ਤਰੀਕੇ ਨਾਲ? ਮਤਲਬ ਕਿ ਸਰਕਾਰ ਨੂੰ ਉਹਨਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ ਜੀ ਸਰ। ਮੋਟਰਸਾਈਕਲ ਤਾਂ ਵੀ ਉਹ ਲਾਈਟਾਂ ਅਲਾਊਡ ਨਹੀਂ ਹੈ? ਨਹੀਂ ਸਰ, ਨਹੀਂ ਅਲਾਊਡ। ਅਤੇ ਕੀ ਸੰਦੇਸ਼ ਜਾਂ ਕੀ ਕਹਿਣਾ ਚਾਹੁੰਦੇ ਉਹ ਦੁਕਾਨਦਾਰਾਂ ਨੂੰ ਜਿਹੜੇ ਇਸ ਚੀਜ਼ ਨੂੰ ਬੜਾਵਾ ਦਿੰਦੇ ਨੇ ਆਪਣੀ ਸੇਲ ਨੂੰ ਵਧਾਉਣ ਵਾਸਤੇ, ਤਰ੍ਹਾਂ ਤਰ੍ਹਾਂ ਦੀਆਂ ਲਾਈਟਾਂ ਵੇਚ ਕੇ ਮੋਟਰਸਾਈਕਲਾਂ ਦੀ ਜੋ ਡੈਕੋਰੇਸ਼ਨ ਬਣਾਉਣ ਵਾਸਤੇ ਆਮ ਸਰਕਾਰ ਦੇ ਨਿਯਮਾਂ ਨੂੰ ਉਲੰਘਣਾ ਕਰਦੇ, ਨਿਯਮ ਤੋੜਦੇ, ਉਹਨਾਂ ਨੂੰ ਤੁਹਾਡਾ ਕੀ? ਠੀਕ ਹੈ ਸਰ, ਉਹ ਜਿਹੜੀ ਤੁਸੀਂ ਲਾਈਟਾਂ ਬਾਰੇ ਗੱਲ ਕਰ ਰਹੇ ਹੋ, ਜੇ ਅਸੀਂ ਇਹਦੇ ਉੱਤੇ ਕੋਈ ਤਾਂ ਅਸੀਂ ਨਾ ਹੀ ਕਦੋਂ ਦੇਖਣ ਦੇ ਦਿੰਦੀਆਂ ਹੈ। ਠੀਕ ਹੈ, ਤਾਂ ਕੋਈ ਹੋਰ ਸਾਈਡ 'ਤੇ ਲੱਗੀਆਂ ਹੁੰਦੀਆਂ ਸਟਾਲ ਦੁਕਾਨਾਂ ਹੈ, ਪਰ ਸਾਡੇ ਏਰੀਏ 'ਚ ਉੱਪਰ ਤੱਕ ਨਹੀਂ ਦੇਖੀ। ਅੱਛਾ ਸਰ, ਜਿੰਨੀਆਂ ਦੁਕਾਨਾਂ ਇੱਥੇ ਸਾਰੀਆਂ ਦੁਕਾਨਾਂ, ਇਹਨਾਂ ਦੁਕਾਨਾਂ ਦੇ ਵਿੱਚ ਬਾਹਰ ਗੱਡੀਆਂ 'ਚ ਬਹਿ ਕੇ ਡਰਿੰਕ ਕਰਨਾ ਅਲਾਊਡ ਹੈ ਕਿ ਨਹੀਂ ਅਲਾਊਡ? ਨਹੀਂ। ਜੇ ਆਖਿਰ ਕਿਸ ਤਰ੍ਹਾਂ ਦਾ ਕੋਈ ਇੱਦਾਂ ਸ਼ਖਸ ਪਾਇਆ ਜਾਂਦਾ ਫਿਰ? ਬਿਲਕੁਲ ਦੋਸਤੋ, ਤੁਸੀਂ ਦੇਖਿਆ ਕਾਨੂੰਨ ਦੀ ਗੱਲ ਕਰੀ, ਹਰ ਤਰ੍ਹਾਂ ਦੇ ਕਾਨੂੰਨ ਜੋ ਸਰ ਕੀ ਨਾ ਤੁਹਾਡਾ? ਇਸ ਸਰ ਜੀ ਨੇ ਦੱਸਿਆ ਕਿ ਅਸੀਂ ਹਰ ਤਰ੍ਹਾਂ ਦੇ ਜੋ ਯਤਨ ਕਰਦੇ ਹਾਂ ਕਾਨੂੰਨ ਨੂੰ ਕੋਈ ਹੱਥ 'ਚ ਨਾ ਲਾਵੇ, ਹਰ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖਿਆ ਕਿ ਹਰ ਤਰ੍ਹਾਂ ਦਾ ਜੋ ਵਾਹੀਕਲ ਹੈ ਚੈਕਿੰਗ ਕੀਤਾ ਜਾਂਦਾ, ਹੁਣ ਚੈਕਿੰਗ ਕੀਤਾ ਜਾਂਦਾ ਕਿ ਨਹੀਂ ਕੀਤਾ? ਅਸੀਂ ਤੁਹਾਨੂੰ ਕੁਛ ਤਸਵੀਰਾਂ ਦਿਖਾਉਂਦੇ ਹਾਂ ਕਿ ਕੁਛ ਲੋਕ ਆਪਣੀ ਸੇਫਟੀ ਜ਼ਰੂਰ ਰੱਖਦੇ ਨੇ, ਮਗਰ ਕਾਨੂੰਨ ਨੂੰ ਹੱਥ 'ਚ ਲੈਂਦੇ ਨੇ, ਕਿਉਂ ਲੈਂਦੇ ਨੇ? ਇਸ ਕਰਕੇ ਹਰ ਤਰ੍ਹਾਂ ਦਾ ਜੋ ਯਤਨ ਪੰਜਾਬ ਪੁਲਿਸ ਵੱਲੋਂ ਸੱਤ ਨੰਬਰ ਥਾਣੇ ਵੱਲੋਂ ਖਾਸ ਤੌਰ 'ਤੇ ਕੀਤਾ ਜਾਂਦਾ ਕਿ ਕੋਈ ਵੀ ਇਨਸਾਨ ਕਾਨੂੰਨ ਨਿਯਮਾਂ ਦੀ ਉਲੰਘਣਾ ਨਾ ਕਰੇ, ਅਗਰ ਇਸ ਤਰ੍ਹਾਂ ਹੁੰਦਾ ਤਾਂ ਕਾਨੂੰਨ ਉਹਨਾਂ ਦਾ ਨਾਲ ਸਖਤੀ ਦੇ ਨਾਲ ਪੇਸ਼ ਆਉਂਦੇ। ਮੈਂ ਤੁਹਾਡਾ ਆਪਣਾ ਕੈਮਰਾਮੈਨ ਬਲਜੀਤ ਨਾਲ ਐਸ ਕੇ ਸੱਜਣਾ, ਪੀ ਪੀ ਆਰ ਮੋਰ ਜਲੰਧਰ।